ਲਓ ਜੀ, ਅੱਜ ਤਰੀਕ ਹੈਗੀ 14 ਜਨਵਰੀ 2024 ਅਤੇ ਅਮਨ ਆਏ ਨੂੰ ਇੱਕ ਹਫ਼ਤਾ ਹੋ ਗਿਆ ਵਾ। ਅੱਜ ਆਪਾਂ ਅਮਨ ਦਾ ਕੋਟ ਪੈਂਟ ਸੀ ਉਹਨੇ ਦਿੱਤਾ ਸੀ ਉਹ ਲੈਣ ਆਏ ਹਾਂ, ਨਾਲੇ ਨੁੱਸੀ ਗਏ ਸੀ ਵਿਆਹ ਦਾ ਕਾਰਡ ਦੇਣ, ਅਤੇ ਹੁਣ ਬੱਚੇ ਕਹਿੰਦੇ ਵੀ ਹਵੇਲੀ ਕੁਛ ਖਾਣਾ ਪੀਣਾ ਆ, ਤਾਂ ਆਪਾਂ ਹਵੇਲੀ ਨੂੰ ਆ ਗਏ ਹਾਂ ਅਤੇ ਆਓ ਤੁਹਾਨੂੰ ਹਵੇਲੀ ਦੇ ਨਜ਼ਾਰੇ ਦਿਖਾਉਂਦੇ ਹਾਂ। ਸੋ ਵੇਖਦੇ ਰਹੋ ਨਜ਼ਾਰੇ ਸਾਡੇ ਨਾਲ, ਅਤੇ ਖੂਬ ਰੌਣਕ ਲੱਗੀ ਜੀ ਹਵੇਲੀ। ਲੋਹੜੀ ਦਾ ਵੀ ਪੂਰਾ ਇਹਨਾਂ ਨੇ ਦਿੱਤਾ ਇਸ ਟਾਈਮ ਥੀਮ, ਇੱਥੇ ਆ ਗੁੱਡੀਆਂ ਟੰਗੀਆਂ ਵੇਖੋ, ਅਤੇ ਨਿਆਣੇ ਪੂਰੇ ਐਕਸਾਈਟਡ ਮਾਮੂ ਨਾਲ, ਅਤੇ ਉਹ ਵੇਖੋ ਕਿਆ ਵਧੀਆ ਦਰਖਤਾਂ ਦੇ ਉੱਪਰ ਗੁੱਡੀਆਂ ਟੰਗੀਆਂ ਵਾ, ਅਤੇ ਸੋਹਣੀ ਲੁੱਕ ਬਣਾਈ ਹੈ ਹਵੇਲੀ ਦੀ। ਜਲੰਧਰ ਹਵੇਲੀ ਇਸ ਟਾਈਮ ਆਪਾਂ ਖੜ੍ਹੇ ਹਾਂ, ਅਤੇ ਰਸ਼ ਤੁਸੀਂ ਦੇਖ ਪਾ ਰਹੇ ਜੀ, ਬਹੁਤ ਖਚਾ ਖਚ ਭਰਿਆ ਇਸ ਟਾਈਮ ਹਵੇਲੀ ਦਾ ਇਹ ਕੰਪਲੈਕਸ। ਇਹ ਬੜਾ ਸਾਡਾ ਪਿਆਰਾ ਬੱਚਾ ਵਾ, ਮਾਮੂ ਪੂਰਾ ਆਨੰਦ ਲੈ ਰਹੇ ਬੱਚਿਆਂ ਦੇ ਨਾਲ। ਲਓ ਜੀ, ਸਨੈਕ ਖਾਣ ਦਾ ਇਰਾਦਾ ਬਣ ਗਿਆ, ਅਤੇ ਵੇਖ ਰਹੇ ਸਾਰੇ ਜਾਣੇ ਕੀ ਖਾਧਾ ਜਾਏ। ਤੁਸੀਂ ਇਹ ਫੂਡ ਕੋਰਟ ਦੇਖ ਸਕਦੇ ਜੀ, ਲੋਕ ਪੂਰੇ ਐਂ ਸ਼ਿੱਦਤ ਨਾਲ ਖਾਣਾ ਆਪਣੇ ਪਸੰਦ ਦਾ ਆਰਡਰ ਦੇ ਰਹੇ ਆ। ਅਮਨ ਵੀ ਬੜੇ ਧਿਆਨ ਨਾਲ ਦੇਖ ਰਿਹਾ ਵਾ ਹਵੇਲੀ ਦਾ, ਜੋ ਇਸ ਤੋਂ ਬਾਅਦ ਚਾਟ ਮਿਲਦੇ ਆ, ਚਾਟ ਵਗੈਰਾ ਵੱਖ ਵੱਖ ਸਟਾਲ ਲੱਗੇ ਆ। ਲਓ ਜੀ, ਇੱਧਰ ਮਨਵੀਰ ਕਿਹੜਾ ਆਰਡਰ ਦਿੱਤਾ ਬੇਟਾ? ਚੋਕਲੇਟ ਆਈਸਕ੍ਰੀਮ ਦਾ ਇੱਧਰ ਆਰਡਰ ਦੇ ਦਿੱਤਾ ਆ, ਚੋਕਲੇਟ ਆਈਸਕ੍ਰੀਮ ਦੀ ਤਿਆਰੀ ਹੋ ਰਹੀ ਹੈ ਇੱਧਰ। ਅਤੇ ਰਾਜਵੀਰ ਤੂੰ ਕਿਉਂ ਪੁੱਤਰ ਆਰਡਰ? ਉਹਦਾ ਆਰਡਰ 10 ਮਿੰਟ ਤੱਕ ਰੈਡੀ, ਅਤੇ ਬਾਕੀ ਸਾਡੇ 2 ਆਰਡਰ ਇੱਧਰ ਰੈਡੀ ਹੋ ਚੁੱਕੇ ਆ। ਚਾਟ ਪਾਪੜੀ ਦਾ ਆ ਗਈ, ਚਾਟ ਪਾਪੜੀ ਆ ਜਾਓ ਅਮਨ, ਚਾਟ ਪਾਪੜੀ ਲਓ। ਹਾਂ, ਕਿੱਦਾਂ ਲੱਗਾ ਟੇਸਟ ਚਾਟ ਪਾਪੜੀ ਦਾ? ਅਮਨ ਕਰਾਂ ਟੇਸਟ ਕਿੱਦਾਂ ਲੱਗਾ, ਟੇਸਟ ਕਰਕੇ ਦਿਖਾ ਮੈਨੂੰ ਮੇਰਾ ਵੀਰ ਕਿੱਦਾਂ ਲੱਗਾ। ਹਵੇਲੀ ਦੀ ਚਾਟ ਪਾਪੜੀ ਕਿੱਦਾਂ ਲੱਗੀ? ਸਹੁਰਿਆਂ ਦੀ ਪਿੰਡ ਦੀ ਚਾਟ ਪਾਪੜੀ ਚੰਗੀ ਲੱਗਣੀ। ਆ ਵੇਖ ਲਾ ਸੰਦੀਪ, ਮੁੰਡੇ ਦੀ ਸੇਵਾ ਪੂਰੀ ਕਰਨ ਡੇ ਆ, ਭਾਵੇਂ ਤੂੰ ਨਹੀਂ ਆਈ। ਇੱਧਰ ਵੇਖਵਾ ਨਿਆਣਿਆਂ ਦਾ ਕੀ ਬਣ ਰਿਹਾ, ਇੱਧਰ ਸਾਡੇ ਬੱਚਿਆਂ ਦਾ ਆਰਡਰ ਆਈ ਥਿੰਕ ਰੈਡੀ ਹੋ ਗਿਆ ਹੋਣਾ ਵਾ। ਮਿਲ ਗਈ ਬੇਟਾ ਆਈਸਕ੍ਰੀਮ? ਆਈਸਕ੍ਰੀਮ ਆ ਗਈ ਯਾਰ, ਆਈਸਕ੍ਰੀਮ ਦਿੱਤਾ ਸੀ ਆਰਡਰ। ਹੈਲੋ, ਆਈਸਕ੍ਰੀਮ ਚੋਕਲੇਟ, ਹਾਂ ਚੋਕਲੇਟ ਆਈਸਕ੍ਰੀਮ ਕਰ ਦੇਣਾ। ਆ ਲਓ ਜੀ, ਵਿੰਟਰ ਸਪੈਸ਼ਲ ਡੈਜ਼ਰਟਸ ਇਹਨਾਂ ਦੇ, ਆ ਦੇਖ ਸਕ ਪਾ ਰਹੇ ਨੇ, ਵੇਖਣ ਵਾਲਿਆਂ ਦੇ ਮੂੰਹ 'ਚ ਪਾਣੀ ਆਉਣਾ ਜ਼ਰੂਰੀ ਹੈ ਜੀ। ਚੋਕਲੇਟ ਆਈਸਕ੍ਰੀਮ ਸਾਡੀ ਆ ਗਈ ਹੈ, ਥੈਂਕ ਯੂ। ਹੈਲੋ ਬੇਟਾ, ਟੇਸਟ ਕਰਕੇ ਵੇਖ ਬੇਟਾ ਕਿੱਦਾਂ, ਟੇਸਟੀ ਆ? ਚਲੋ ਯੰਮੀ ਬੇਟਾ।
ਜਦ ਤੱਕ ਸਾਡੀ ਫੈਮਿਲੀ ਖਾਣ 'ਚ ਬਿਜ਼ੀ ਹੈ, ਆਪਾਂ ਤੁਹਾਨੂੰ ਥੋੜ੍ਹਾ ਐਂਬੀਅੰਸ ਦਿਖਾ ਦਿੰਦੇ ਹਾਂ ਹਵੇਲੀ ਦਾ, ਮੈਂ ਥੋੜ੍ਹਾ ਅੰਦਰ ਦਾ ਨਜ਼ਾਰਾ ਵੀ ਦਿਖਾ ਦਿੰਦਾ। ਵਾਹ ਜੀ, ਹਵੇਲੀ ਆ ਕੇ ਤਾਂ ਵੈਸੇ ਹੀ ਰੂਹ ਹੋਰ ਹੋ ਜਾਂਦੀ। ਅਤੇ ਆਹ ਲੋਹੜੀ ਮਕਰ ਸੰਕ੍ਰਾਂਤੀ 'ਤੇ ਇਹਨਾਂ ਨੇ ਲੁੱਕ ਹੀ ਬੜੀ ਸੋਹਣੀ ਦਿੱਤੀ, ਇਹਨੂੰ ਟ੍ਰੈਡੀਸ਼ਨਲ ਲੁੱਕ। ਅਤੇ ਅੰਦਰ ਦਾ ਨਜ਼ਾਰਾ ਮੈਂ ਤੁਹਾਨੂੰ ਥੋੜ੍ਹਾ ਵਿਖਾ ਦਿੰਦਾ, ਰਸ਼ ਬੇਹਿਸਾਬ। ਹੋਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਵਾਹ ਜੀ ਵਾਹ, ਕਿਆ ਬਾਤ ਹੈ, ਕਮਾਲ। ਲੋਹੜੀ ਦੇ ਰੰਗ ਵਿੱਚ ਰੰਗਿਆ ਗਿਆ ਸਾਡਾ ਅੰਦਰ ਦਾ ਹਾਲ, ਡਾਇਨਿੰਗ ਹਾਲ ਜਿਹੜਾ ਹਵੇਲੀ ਦਾ। ਅਤੇ ਰਸ਼ ਵੇਖ ਪਾ ਰਹੇ ਜੀ ਤੁਸੀਂ, ਖੂਬਸੂਰਤ, ਆਨੰਦਿਤ, ਮਨ ਬਾਗ ਬਾਗ ਹੋ ਗਿਆ ਜੀ ਇੱਥੇ ਆ ਕੇ। ਕਿਆ ਬਾਤ ਹੈ, ਐਵੇਂ ਨਹੀਂ। ਹਵੇਲੀ ਦਾ ਜਿਹੜਾ ਬ੍ਰਾਂਡ ਆਲ ਓਵਰ ਵਰਲਡ ਮਸ਼ਹੂਰ, ਖਾਣਾ ਤਾਂ ਇਹਨਾਂ ਦਾ ਕਮਾਲ ਹੈ ਹੀ ਹੈ ਆ। ਜਿਹੜਾ ਬਾਕੀ ਪ੍ਰਾਹੁਣਾਚਾਰੀ ਇਹਨਾਂ ਦੀ ਹੋਸਪਿਟੈਲਿਟੀ ਆ, ਉਹ ਵੀ ਕਮਾਲ ਹੀ ਆ। ਬੈਠਣ ਦਾ ਮਾਹੌਲ ਕਮਾਲ ਕੀਤਾ ਇਹਨਾਂ ਨੇ। ਜਿਹੜਾ ਵੀ ਸੈਲਾਨੀ ਕੋਈ ਪੰਜਾਬ 'ਚ ਆਉਂਦਾ ਆ ਅਤੇ ਹਵੇਲੀ ਨਾ ਆਏ, ਹੋ ਹੀ ਨਹੀਂ ਸਕਦਾ। ਪੰਜਾਬ 'ਚ ਦੂਸਰੀ ਜਿਹੜੀ ਜੰਡਿਆਲੇ ਆ, ਉਹ ਵੀ ਕਮਾਲ ਆ। ਸੋ ਬਹੁਤ ਵਧੀਆ, ਲਗਭਗ ਟੇਬਲ ਇਹਨਾਂ ਦੇ ਫੁੱਲ ਹੀ ਹੁੰਦੇ ਆ ਹਮੇਸ਼ਾ ਹੀ, ਲੋਕ ਲਾਈਨ 'ਚ ਲੱਗੇ ਰਹਿੰਦੇ ਆ। ਵਾਹ ਕਮਾਲ। ਮੈਂ ਬਾਹਰ ਵਾਲਿਆਂ ਨੂੰ ਕਹਿੰਦਾ ਵੀ ਥੋੜ੍ਹਾ ਅੰਦਰ ਆ ਕੇ ਝਲਕ ਰਹਿ ਲੈਣ, ਬਾਹਰ ਦੀ ਵੀ, ਬਾਹਰ ਤੋਂ ਅੰਦਰ ਆ ਕੇ ਬਾਹਰ ਦਾ ਨਜ਼ਾਰਾ ਦੇਖ ਲਿਆ ਉਹਨਾਂ ਨੇ। ਕੁਛ ਖਾਣ ਦੀ ਤਾਂ ਵੈਸੇ ਇੱਛਾ ਬਹੁਤੀ ਨਹੀਂ ਹੈ, ਬਟ ਅੰਦਰ ਦੀ ਲੁੱਕ ਜਿਹੜੀ ਆ ਉਹ ਅਮਨ ਨੂੰ ਕਹਿੰਦਾ ਕਿ ਜ਼ਰੂਰ ਵੇਖ ਕੇ ਲੈ। ਅਮਨ ਅੰਦਰ ਆਓ ਇੱਕ ਵਾਰੀ ਪੂਰਾ ਵੇਖਿਆ ਇਹਨੇ, ਕਮਾਲ ਮਨਵੀਰ। ਅੰਦਰ ਬੜੀਆਂ ਕੁਆਲਿਟੀਸ ਵੇਖ ਕੇ ਆਉਣੀਆਂ। ਹਾਂ ਆਹੋ, ਕਹਿੰਦੇ ਇਹਨੂੰ ਫੜੋ ਅਤੇ ਮੈਂ ਵੇਖ ਕੇ ਆਹ ਵੇਖ ਕੇ ਹੀ ਆਇਆ। ਲਓ ਜੀ ਮਨਵੀਰ ਸਪੈਸ਼ਲ ਅੰਦਰ ਵੇਖਣ ਚੱਲਿਆ। ਚਲੋ ਬੇਟਾ ਅੰਦਰ ਚਲੋ, ਤੂੰ ਵੇਖ ਕੇ ਹੈਰਾਨ ਹੋ ਜਾਣੀ, ਇੰਨੀਆਂ ਕੁਆਲਿਟੀਸ ਅੰਦਰ, ਉਹ ਵੇਖ ਆਇਆ ਮਜ਼ਾ। ਕਿੰਨੀਆਂ ਕੁਆਲਿਟੀਸ ਅੱਗੇ ਆ ਕੇ ਵੇਖ ਮਨਵੀਰ, ਯੂ ਲਾਈਕ ਇਟ ਹੈ। ਚਲੋ ਜੀ, ਇੰਨਾ ਕੀ ਮੁੰਡੇ ਦਾ ਸ਼ੌਂਕ। ਹਵੇਲੀ 'ਚ ਖੂਬ ਰੌਣਕ ਮੇਰਾ ਲੱਗਾ ਆ, ਅਤੇ ਬੱਚਿਆਂ ਇੰਜੋਏ ਕਰ ਲਿਆ ਵਾ, ਖਾ ਪੀ ਵੀ ਲਿਆ ਵਾ। ਅਤੇ ਹੁਣ ਮਨਵੀਰ ਕਹਿੰਦਾ ਸੀ ਕਿ ਮੈਂ ਖੂਹ 'ਚੋਂ ਪਾਣੀ ਕੱਢਣਾ ਵਾ। ਚਲੋ ਬੇਟਾ, ਵੈਰੀ ਗੁੱਡ। ਟ੍ਰੈਡੀਸ਼ਨ ਜਿਸ ਤਰ੍ਹਾਂ ਪਹਿਲਾਂ ਪਾਣੀ ਕੱਢਦੇ ਹੁੰਦੇ ਸੀ ਖੂਹ 'ਚੋਂ, ਉਹ ਵਿਖਾਇਆ ਗਿਆ ਬੱਚਿਆਂ ਨੂੰ, ਪਤਾ ਲੱਗਦਾ ਕਿ ਸਾਡੇ ਪੁਰਾਣੇ ਸਮੇਂ 'ਚ ਲੋਕ ਕਿਸ ਤਰ੍ਹਾਂ ਰਹਿੰਦੇ ਸੀ। ਸੋ ਹਵੇਲੀ ਦੀ ਖਾਸੀਅਤ ਹੈ ਕਿ ਇਹਨਾਂ ਨੇ ਆਪਣਾ ਟ੍ਰੈਡੀਸ਼ਨ ਸਾਂਭ ਕੇ ਰੱਖਿਆ। ਅਤੇ ਇੱਥੇ ਬੋਰਡ ਲੱਗਾ ਜੀ, ਆਪਾਂ 2024 'ਚ ਇਸ ਟਾਈਮ 14 ਜਨਵਰੀ 2024 ਦੀ ਤਰੀਕ ਹੈ, ਅਤੇ 21 ਸਾਲ ਹੋ ਗਏ ਕਹਿੰਦੇ ਕਿ ਅਨਸ਼ੇਕੇਬਲ ਸਰਵਿਸ ਆ। ਸੋ ਹਵੇਲੀ ਜਿਹੜੀ ਜਲੰਧਰ ਵਾਲੀ ਬਣੀ ਨੂੰ 21 ਸਾਲ ਹੋ ਚੱਲੇ ਆ। ਇਸ ਟਾਈਮ ਜਲੰਧਰ 'ਚ 2 ਬ੍ਰਾਂਚਾਂ ਖੁੱਲ੍ਹ ਚੁੱਕੀਆਂ ਵਾ, ਅੰਮ੍ਰਿਤਸਰ 'ਚ ਵੀ 2 ਹੈ, ਤਾਂ ਮੂਰਥਲ ਲੈ ਕੇ ਟੋਟਲ 5 ਬ੍ਰਾਂਚਾਂ ਚੱਲ ਰਹੀਆਂ। ਅੰਮ੍ਰਿਤਸਰ 1 ਬ੍ਰਾਂਚ ਹੈਗੀ ਆ ਜੀ ਜੰਡਿਆਲੇ, ਅਤੇ 1 ਰਣਜੀਤ ਐਵੀਨਿਊ, ਅਤੇ ਜਲੰਧਰ 'ਚ 2 ਬ੍ਰਾਂਚ ਵੀ ਸ਼ਹਿਰ 'ਚ ਆ। ਸੋ ਖੂਬ ਸੂਰਤ ਨਜ਼ਾਰੇ ਹਵੇਲੀ ਦੇ। ਇੱਧਰ ਥੋੜ੍ਹਾ ਫਨ ਜ਼ੋਨ ਬਣਾਇਆ ਬੱਚਿਆਂ ਲਈ, ਬੱਚਿਆਂ ਦੇ ਖੇਡਣ ਮਿਲਣ ਲਈ।
ਬਿਲਕੁਲ ਜੀ, ਹਵੇਲੀ ਕਹਿੰਦੇ ਵੀ ਮੇਰੀ ਚਿਲ ਵਾਲੀ ਡੈਸਟੀਨੇਸ਼ਨ ਆ, ਕੋਈ ਸ਼ੱਕ ਨਹੀਂ। ਆਹ ਮੈਸੇਜ ਲੱਗਾ ਜੀ, ਫੋਟੋਆਂ ਖਿਚਾ ਰਹੇ ਆ ਬੱਚੇ ਇੱਥੇ ਆ ਕੇ। ਬਹੁਤ ਵਧੀਆ ਰਾਜਵੀਰ, ਮਜ਼ਾ ਆਇਆ ਹਵੇਲੀ ਜਾ ਕੇ? ਬਹੁਤ ਵਧੀਆ ਮਨਵੀਰ, ਹਵੇਲੀ ਜਾ ਕੇ ਮਜ਼ਾ ਆਇਆ? ਬੇਟਾ ਇੱਧਰ ਦੱਸੋ ਮੈਨੂੰ, ਕਿੰਨਾ ਕੁ ਮਜ਼ਾ ਆਇਆ? ਬੜਾ ਜ਼ਿਆਦਾ। ਚਲੋ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ, ਅਤੇ ਬੱਚਿਆਂ ਦਾ ਜਿਹੜਾ ਫੇਵਰੇਟ ਡਿਸ਼ ਆ ਦੂਸਰੀ ਇਹਨਾਂ ਦੀ KFC ਉਹ ਖਾਣੀ ਇਹਨਾਂ ਨੇ। ਅਤੇ ਸੋ ਹਵੇਲੀ ਵਾਲਾ ਵਲੋਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਫਿਰ ਤੁਹਾਡੇ ਨਾਲ ਅਗਲੇ ਵਲੋਗ 'ਚ ਮਿਲਾਂਗੇ ਕੁਛ ਨਵਾਂ ਫਨ ਸ਼ਨ ਵਾਲੀਆਂ ਵੀਡੀਓਜ਼ ਲੈ ਕੇ। ਸੋ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ।